ਅਸੀਂ ਆਪਣੇ ਘਰ ਦੀ ਗੰਦਗੀ ਨਾਲ ਦੂਜਿਆਂ ਨੂੰ ਬਿਮਾਰ ਕਰ ਰਹੇ ਹਾਂ। ਆਪਣੇ ਘਰ ਦਾ ਗੰਦ ਕੂੜਾ ਕਰਕਟ ਬਾਹਰ ਖੁੱਲੇ ਵਿੱਚ ਸੁੱਟ ਦਿੰਦੇ ਹਾਂ। ਆਪਣਾ ਘਰ ਸਾਫ, ਆਪਣਾ ਭਲਾ ਤੇ ਦੂਜਿਆਂ ਦਾ ਨੁਕਸਾਨ। ਦਾਦਾ ਜੀ, ਮੇਰੇ ਢਿੱਡ ਵਿੱਚ ਢਿੱਡ ਪੀੜ ਹੋ ਰਹੀ ਹੈ, ਮੈਂ ਸਕੂਲ ਨਹੀਂ ਜਾਣਾ। ਕੀ ਹੋਇਆ ਤੈਨੂੰ? ਚੌਧਰੀ ਸਾਹਿਬ, ਬੱਚੇ ਦੀ ਰਿਪੋਰਟ ਆ ਗਈ ਹੈ, ਇਹਦੇ ਪੇਟ 'ਚ ਕੀੜੇ ਨੇ। ਟੱਟੀ ਖਾਂਦਾ। ਮਿੱਟੀ ਖਾਂਦਾ? ਮਿੱਟੀ ਨਹੀਂ ਜੀ, ਟੱਟੀ ਖਾਂਦਾ, ਟੱਟੀ। ਤੁਹਾਡੇ ਘਰ 'ਚ ਟੋਇਲਟ ਹੈਗਾ? ਨਹੀਂ ਜੀ, ਅਸੀਂ ਤਾਂ ਸਾਰੇ ਬਾਹਰ ਹੀ ਜਾਂਦੇ ਹਾਂ ਟਿੰਗਲ ਪਾਣੀ। ਸਿਆਣੇ ਬਿਆਣੇ ਹੋ ਕੇ ਲੈਟਰਿਨ ਨਹੀਂ ਬਣਵਾਈ ਤੁਸੀਂ ਘਰ 'ਚ? ਟੱਟੀ ਦੇ ਉੱਪਰ ਮੱਖੀ ਬੈਠਦੀ ਹੈ, ਮੱਖੀ ਜਾ ਕੇ ਖਾਣੇ 'ਤੇ ਬੈਠਦੀ ਹੈ, ਉਹੀ ਖਾਣਾ ਆਪਾਂ ਖਾਂਦੇ ਹਾਂ। ਉਹੀ ਮੱਖੀ ਸਾਡੇ ਦੁੱਧ 'ਤੇ ਬੈਠਦੀ ਹੈ, ਉਸਦਾ ਨਤੀਜਾ ਨਿਕਲਦਾ ਪੇਟ ਦੀ ਇਨਫੈਕਸ਼ਨ, ਪੇਟ ਦਰਦ, ਉਲਟੀਆਂ, ਟੱਟੀਆਂ। ਬਜ਼ੁਰਗੋ, ਦਵਾਈ ਤਾਂ ਮੈਂ ਦੇ ਦਾਂਗਾ, ਪਰ ਸਭ ਤੋਂ ਪਹਿਲਾਂ ਘਰ ਦਾ ਵੀ ਟਾਇਲਟ ਬਣਵਾਓ। ਰੂੜੀਵਾਦੀ ਵਿਚਾਰਾਂ ਦੇ ਕਾਰਨ ਸਭ ਕੁਝ ਹੁੰਦੇ ਸੁਣਦਿਆਂ ਆਪਣੇ ਪਰਿਵਾਰ ਨਾਲ ਅਨਿਆਇ ਕਰਦਾ ਰਿਹਾ। ਦਾਦਾ ਜੀ, ਇੰਝ ਨਾ ਕਹੋ ਤੁਸੀਂ। ਤੁਸੀਂ ਤਾਂ ਘਰ ਵਿੱਚ ਟੋਇਲਟ ਬਣਾ ਕੇ ਸਾਡੀ ਜੂਨੀ ਸੁਧਾਰ ਦਿੱਤੀ। ਪੁੱਤਰਾ, ਹੁਣ ਸਾਨੂੰ ਬਾਹਰ ਜਾਣ ਦੀ ਲੋੜ ਨਹੀਂ। ਹੁਣ ਮੈਂ ਖੁਦ ਜਾ ਕੇ ਪਿੰਡ ਵਾਸੀਆਂ ਨੂੰ ਜਾਗ੍ਰਿਤ ਕਰਾਂਗਾ ਕਿ ਮੇਰੇ ਵਾਂਗੂ ਘਰ ਵਿੱਚ ਸ਼ੌਚਾਲਿਆ ਬਣਾਉਣ ਤੇ ਖੁੱਲੇ ਵਿੱਚ ਸ਼ੌਚ ਨਾ ਜਾਣ।